ਖੰਨਾ ਪੁਲਿਸ ਅਤੇ CIA ਸਟਾਫ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਸਮਰਾਲਾ ਦੇ ਵਿੱਚ ਦੋ ਗੈਂਗਸਟਰਾਂ ਦੇ ਨਾਲ ਐਨਕਾਊਂਟਰ ਹੋਇਆ ਹੈ, ਜਿਸ ਵਿੱਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ ਤੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਖਮੀ ਗੈਂਗਸਟਰ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਦੂਜੇ ਗੈਂਗਸਟਰ ਨੂੰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਹੈ। ਇਹ ਦੋਨੋਂ ਗੈਂਗਸਟਰ ਖੰਨਾ ਦੇ AS ਕਾਲਜ ਵਿਖੇ ਕੁਝ ਦਿਨ ਪਹਿਲਾਂ ਹੋਈ ਫਾਇਰਿੰਗ ਦੀ ਵਾਰਦਾਤ ਦੇ ਵਿੱਚ ਸ਼ਾਮਿਲ ਸੀ। ਖੰਨਾ ਦੇ AS ਕਾਲਜ ਬਾਹਰ ਫਾਇਰਿੰਗ ਕਰਨ ਤੋਂ ਬਾਅਦ ਇਹ ਬਦਮਾਸ਼ ਸਮਰਾਲਾ ਰੋਡ ਤੇ ਜੀਓ ਪੈਟਰੋਲ ਪੰਪ ਤੇ 1.5 ਲੱਖ ਲੁੱਟ ਕਰਕੇ ਫਰਾਰ ਹੋਏ ਸੀ। ਤੁਹਾਨੂੰ ਪਤਾ ਹੈ ਕਿ ਖੰਨਾ 'ਚ ਪਿਛਲੇ ਹਫ਼ਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ AS ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ 'ਚ ਫਾਇਰਿੰਗ ਦਾ ਇੰਸੀਡੈਂਟ ਹੋਇਆ ਸੀਗਾ। ਉਸ ਤੋਂ ਬਾਅਦ ਸਮਰਾਲਾ ਦੇ ਹੀ ਇੱਕ ਪੈਟਰੋਲ ਪੰਪ 'ਤੇ ਉਹਨਾਂ ਹੀ ਅਕਿਊਜ਼ ਨੇ, ਜਿਹੜਾ ਉਹਨਾਂ ਦਾ ਪੈਟਰੋਲ ਪੰਪ ਦਾ ਸੇਲਸਮੈਨ ਹੁੰਦਾ ਕਰਿੰਦਾ, ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ। ਅਤੇ ਅਸੀਂ ਬਹੁਤ ਹੀ ਸ਼ੋਰਟ ਟਾਈਮ 'ਚ ਇੱਕ ਅਕਿਊਜ਼ ਨੂੰ ਮੌਕੇ 'ਤੇ ਹੀ ਫੜ ਲਿਆ ਸੀਗਾ, ਜਿਹਦਾ ਨਾਂ ਅਜੇ ਰਾਠੀ ਹੈ। ਅਤੇ ਉਸਦੇ ਨਾਲ ਹੀ ਸਾਨੂੰ ਜਿਹੜੇ 3-4 ਮੇਨ ਇਸ ਕੇਸ ਦੇ, ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ, ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀਗੀ। ਅਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟੀਮਸ ਉਸੇ ਕੇਸ 'ਤੇ ਲੱਗੀ ਹੋਈ ਹੈ। ਔਰ ਅਸੀਂ ਬਹੁਤ ਹੀ ਪੇਨਸਟੇਕਿੰਗਲੀ ਇਹਨਾਂ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟ ਦੇ ਲੈਵਲ 'ਤੇ ਵੀ ਇਹਨਾਂ ਨੂੰ ਫੋਲੋਅਪ ਕਰਦੇ ਰਹੇ, ਅਤੇ ਸਾਨੂੰ ਕਾਫੀ ਲੀਡਸ ਮਿਲ ਰਹੀਆਂ ਸੀ। ਵਾਰ ਵਾਰ ਸਾਡੀ ਛਾਪੇਮਾਰੀ ਵੀ ਚਾਲੂ ਸੀਗੀ, ਅਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁੱਟ ਸੀਗਾ ਕਿ ਇਹਦੇ ਇਸ ਕੇਸ ਦੇ ਜਿਹੜੇ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ, ਉਹ ਇਸ ਏਰੀਆ 'ਚ ਹੈਗੇ। ਅਤੇ ਬੇਸਡ ਔਨ ਦੈਟ ਸਾਡੀ CIA ਦੀ ਜਿਹੜੀ ਟੀਮ ਹੈ, ਉਹਨਾਂ ਨੇ ਇਸ ਰੋਡ 'ਤੇ ਜਿਹੜੀ ਗੜੀ ਤੋਂ ਨੀਲੋਂ, ਜਿਵੇਂ ਤੁਸੀਂ ਦੇਖ ਰਹੇ ਹੋ, ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਆਪਣਾ ਨਾਕਾ ਲਾਇਆ ਹੋਇਆ ਸੀ। ਅਤੇ ਕ੍ਰਿਸ਼ਨਾ ਸਾਹਨੀ ਔਰ ਜਿਹੜਾ ਜਤਿਨ ਮੋਂਗਾ, ਉਹਨਾਂ ਨੇ ਨਾਕਾ ਦੇ ਕੇ ਅਤੇ ਟਰਾਈ ਟੂ, ਜਿੱਥੇ ਤੁਹਾਨੂੰ ਇਹ ਬਾਈਕ ਨਜ਼ਰ ਆ ਰਹੀ ਹੈ, ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ, ਉਹ ਗਿਰ ਗਈ। ਔਰ ਉਸ ਤੋਂ ਬਾਅਦ ਇਸ ਏਰੀਆ 'ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇ ਕੇ, ਦੇ ਹੈਡ ਵੈਪਨਸ ਓਬਵੀਅਸਲੀ ਉਸ ਦਿਨ ਵੀ ਸੀਗੇ, ਅਤੇ ਉਹਨਾਂ ਨੇ ਸਾਡੀ ਟੀਮ 'ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ, ਜਿਹਨਾਂ ਨੂੰ ਰੋਕਿਆ ਗਿਆ। ਕੋਸ਼ਿਸ਼ ਨਹੀਂ, ਉਹਨਾਂ ਨੇ ਫਾਇਰ ਕੀਤਾ ਹੀ ਹੈ। ਇੱਕ ਉਹਨਾਂ ਦਾ ਮਿਸਫਾਇਰ ਹੋਇਆ, ਇੱਕ CIA ਓਫਿਸ਼ਲ ਵਹੀਕਲ 'ਤੇ ਲੱਗਿਆ। ਔਰ ਜਿੱਥੇ ਇਹਦੇ ਮੌਕੇ 'ਤੇ ਦੱਸ ਰਹੇ ਕਿ ਇੱਥੇ ਇੱਕ ਦਰਖਤ 'ਤੇ ਵੀ ਵੱਜਿਆ, ਅਤੇ ਰਿਟੈਲੀਏਸ਼ਨ 'ਚ ਸਾਡੀ ਟੀਮ ਨੇ ਸੈਲਫ ਡਿਫੈਂਸ 'ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਹਨੀ ਉਹਦੇ ਲੱਤ 'ਤੇ ਲੱਗਿਆ, ਅਤੇ ਦੂਜਾ ਨਹੀਂ ਹਿੱਟ ਹੋਇਆ। ਅਤੇ ਮੌਕੇ 'ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਹੈ। ਔਰ ਕ੍ਰਿਸ਼ਨਾ ਸਾਹਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹੋਸਪਿਟਲ ਸਮਰਾਲਾ ਦਾਖਲ ਕਰਾਇਆ, ਔਰ ਜਿਹੜਾ ਜਤਿਨ ਮੋਂਗਾ ਉਹ ਸਾਡੀ ਅਰੈਸਟ ਹੈ। ਔਰ ਇਸ ਦੇ ਨਾਲ ਹੀ ਇਹਨਾਂ ਦੇ ਜਿਹੜੇ ਮੌਕੇ ਦੀ ਬਾਈਕ ਹੈ ਔਰ ਬੈਗਸ ਔਰ ਹੈਲਮੈਟ ਵਗੈਰਾ ਸਾਰੇ ਮੌਕੇ 'ਤੇ ਪਏ, ਐਂਡ ਦੋ ਵੈਪਨਸ ਯੂਜ਼ਡ ਇਨ ਦੈਟ ਕ੍ਰਾਈਮ ਹੋਪਫੁਲੀ ਉਹ ਰਿਕਵਰ ਹੋ ਗਏ। ਵੈਪਨ ਕਿਹੜੀ ਕਿਸਮ ਦੇ ਹੈ ਜੀ? ਉਹ ਦੇਸੀ ਹੈ ਕਿ ਦੂਜੇ ਕੋਈ? ਪ੍ਰੀਲਿਮਿਨਰੀ ਤਾਂ ਜੀ ਇਲਿਸਿਟੀ ਲੱਗ ਰਿਹਾ, ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਹੈ, ਸੀਨ ਆਫ ਕ੍ਰਾਈਮ ਅਸੀਂ ਪ੍ਰਿਜ਼ਰਵਡ ਹੀ ਰੱਖਣਾ, ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਂਗੇ। ਉਹਨਾਂ ਨੇ ਕਿੰਨੇ ਫਾਇਰ ਕੀਤੇ ਮੈਮ? ਉਹਨਾਂ ਨੇ ਜੀ ਜਿਹੜਾ ਮੈਨੂੰ ਹੁਣੇ ਮੌਕੇ 'ਤੇ ਦੱਸਿਆ ਹੈ, ਅਰਾਊਂਡ 2-3 ਰਾਊਂਡਸ ਉਹਨਾਂ ਨੇ ਫਾਇਰ ਕੀਤੇ ਆ, ਅਤੇ ਜਵਾਬੀ ਫਾਇਰ ਸਾਡੇ ਵੱਲੋਂ 2 ਹੈਗੇ। ਆਪਣਾ ਕੋਈ ਮੁਲਾਜ਼ਮ ਸੀਰੀਅਸ ਤਾਂ ਨਹੀਂ ਹੋਇਆ ਕੋਈ ਜ਼ਿਆਦਾ? ਨਹੀਂ ਜੀ, ਸਾਡੇ ਮੁਲਾਜ਼ਮ ਕਿਸੇ ਗੱਡੀ ਤੇ ਜਾਂ ਆਪਣੇ ਕਿਸੇ ਦੇ ਕੋਈ ਜੀ ਜਿਹੜੀ CIA ਦੀ ਆਫੀਸ਼ੀਅਲ ਵਹੀਕਲ ਹੈ ਉਹਦੇ 'ਤੇ ਇੱਕ ਰਾਊਂਡ ਲੱਗਿਆ, ਬਟ ਅਦਰਵਾਈਜ਼ ਕਿਸੇ ਹੋਰ ਪ੍ਰਾਈਵੇਟ ਵਹੀਕਲ 'ਤੇ ਨਹੀਂ। ਇਸ ਕਾਲਜ ਦੇ ਵਿੱਚ ਕਿੰਨੇ ਕੋਲ ਜਿਹੜੇ ਬੰਦੇ ਭਗੌੜੇ ਹੋ ਰਹੇ, ਕਿੰਨੇ ਜਿਹੜੇ ਦੋਸ਼ੀ ਹੈਗੇ ਭਗੌੜੇ ਦੇ? ਇਸ ਕੇਸ ਦਾ ਜੀ ਇੱਕ ਤਾਂ ਫੜਿਆ ਗਿਆ ਸੀ ਉਸੇ ਦਿਨ, 2 ਅੱਜ ਅਸੀਂ ਕਾਬੂ ਕਰ ਲਏ, ਅਤੇ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਈਡੈਂਟੀਫਾਈਡ ਹੈ, ਉਹਨਾਂ 'ਤੇ ਵੀ ਰੇਡ ਚੱਲ ਰਹੇ, ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ 2 ਸੀਗੇ ਜਿਹੜੇ ਅੱਜ ਸਾਡੇ ਕਾਬੂ ਆ ਗਏ। ਉਹਨਾਂ ਦੇ ਐਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ? ਨਹੀਂ ਜੀ, ਨਹੀਂ ਡੈਥ ਨਹੀਂ ਹੈ। ਹੀ ਹੈਜ਼ ਬੀਨ ਸ਼ਿਫਟਡ ਟੂ ਅ ਹਸਪੀਟਲ ਜਿੱਥੇ ਉਹਨਾਂ ਨੂੰ ਉਹਨੂੰ ਟ੍ਰੀਟਮੈਂਟ। ਉਹ ਰਹਿਣ ਵਾਲੇ ਕਿੱਥੇ ਨੇ ਮੈਮ ਜੀ? ਉਹ ਜੀ ਇਹ ਦੋਨੋਂ CP ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ, ਅਤੇ ਦੋਨਾਂ 'ਤੇ ਜਿਹੜਾ ਕ੍ਰਿਸ਼ਨਾ ਸਾਹਨੀ ਹੈ ਉਹਦੇ 'ਤੇ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਹੈ। ਇੱਕ ਪਹਿਲਾ ਪਰਚਾ ਖੰਨੇ ਸਦਰ ਹੋਇਆ ਸੀਗਾ NDPS ਦਾ, ਉਸ ਤੋਂ ਬਾਅਦ 2-3 ਉਹਦੇ 'ਤੇ 307 ਦੇ ਮੁਕੱਦਮੇ ਦਰਜ ਹੈ, ਅਤੇ ਇੱਦਾਂ ਹੀ NDPS ਦੇ। ਅਤੇ ਜਿਹੜਾ ਜਤਿਨ ਮੋਂਗਾ ਉਹਦੇ 'ਤੇ ਵੀ NDPS, 307 ਡਕੈਤੀਆਂ, ਇਸ ਤਰ੍ਹਾਂ ਦੇ ਆਈ ਥਿੰਕ 4 FIR ਦਰਜ ਹੈ। ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗਰਾਊਂਡ ਦੇ,
ਔਰ ਜਿੰਨਾ ਕੁ ਮੈਨੂੰ ਥੋੜ੍ਹਾ ਬਹੁਤ ਪਤਾ ਲੱਗਿਆ ਕਿ ਜਤਿਨ ਮੋਂਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈਗਾ। ਗੈਂਗਵਾਰ ਸਾਡੇ ਕੇਸ 'ਚ ਨਹੀਂ ਸੀਗੀ, ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ, ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਇਹ ਉਹਦੇ ਨਾਲ ਆਏ ਸੀਗੇ, ਔਰ ਜਿਹੜਾ ਉਸ ਦਿਨ ਦਾ ਇੰਸੀਡੈਂਟ ਸੀਗਾ ਉਹ ਕੋਈ ਗੈਂਗਵਾਰ ਨਹੀਂ ਸੀ, ਉਹ ਮੌਕੇ 'ਤੇ ਮੁੰਡਿਆਂ ਦੀ ਤਲਕਬਾਜ਼ੀ ਹੋ ਗਈ ਸੀਗੀ, ਉਹਦੇ 'ਚ ਇਹਨਾਂ ਨੇ ਫਾਇਰਿੰਗ ਕੀਤੀ ਹੈ। ਮੈਮ ਇਹ ਕਿਸੇ ਗੈਂਗ ਨਾਲ ਸੰਬੰਧ ਸੀ? ਹਾਂਜੀ, ਜਿਵੇਂ ਮੈਂ ਦੱਸ ਰਹੀ ਹਾਂ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਹੈ, ਔਰ ਇਹਨਾਂ ਦੋਨਾਂ 'ਤੇ ਵੀ ਕਿਉਂਕਿ ਚਾਰ ਚਾਰ ਪੰਜ ਪੰਜ ਪਰਚੇ, ਰਾਧਰ ਕ੍ਰਿਸ਼ਨਾ ਸਾਨੀ 'ਤੇ ਤਾਂ 6 ਪਹਿਲਾਂ ਪਰਚੇ ਦਰਜ ਹੈ, 2 ਸਾਡੇ ਹੋ ਗਏ ਔਰ 1 ਹੋਰ ਹੋ ਜਾਏਗਾ, ਔਰ ਇਸ ਤਰ੍ਹਾਂ ਦੋਨਾਂ 'ਤੇ ਹੀ ਮਲਟੀਪਲ ਐਫ ਆਈ ਆਰਸ।